मोहाली के स्टेडियम में 11 जनवरी को होने जा रहा है इंडिया और अफगानिस्तान का T20 मैच। आपको बता दें कि भारत के खिलाफ T20 मुकाबले में हिस्सा लेने के लिए अफगानिस्तान की टीम चंडीगढ़ में पहुंच चुकी है। यह मुकाबला 11 जनवरी 2024 को पंजाब क्रिकेट एसोसिएशन के IS बिंद्रा क्रिकेट स्टेडियम में होगा, जो कि मोहाली में स्थित है। और इस मैच को लेकर मोहाली पुलिस काफ़ी सतर्क है। जगह जगह पर CCTV कैमरा लगाए गए हैं। आपको बता दें कि सुरक्षा के पुख्ता इंतजाम कर दिए गए हैं। और आपको बता दें कि लगभग 2000 पुलिसकर्मी क्रिकेट स्टेडियम के आसपास तैनात कर दिए जाएंगे। इतना ही नहीं, टिकट की ब्लैक मार्केटिंग करने वालों पर भी सख्त नजर रखी जाएगी और लोगों से अपील भी की गई है कि ब्लैक में टिकट ना खरीदें। इस बात की जानकारी मोहाली पुलिस के SSP संदीप गर्ग ने दी है। उन्होंने बताया है कि मैच को लेकर मोहाली पुलिस ने काफी पुख्ता इंतजाम कर लिए हैं और रूट प्लान भी बनाया गया है। ਕੱਲ 11 ਤਰੀਕ ਨੂੰ ਮੋਹਾਲੀ ਦੇ ਵਿੱਚ ਸਟੇਡੀਅਮ ਦੇ ਵਿੱਚ ਇੰਡੀਆ ਅਫਗਾਨਿਸਤਾਨ ਦਾ ਜਿਹੜਾ ਮੈਚ ਹੋਣ ਜਾ ਰਿਹਾ, ਕ੍ਰਿਕਟ ਮੈਚ ਜਿਹੜਾ ਹੈਗਾ T20, ਅਤੇ ਉਹਦੇ ਰਿਗਾਰਡਿੰਗ ਮੋਹਾਲੀ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਗਏ ਨੇ। ਅਤੇ ਸਾਡੀ 3-tier ਸਿਕਿਉਰਿਟੀ ਜਿਹੜੀ ਹੈਗੀ ਇੱਥੇ ਲੱਗੀ ਹੋਈ ਹੈ, ਸਟੇਡੀਅਮ ਦੇ ਅੰਦਰ ਵੀ, ਸਟੇਡੀਅਮ ਦੇ ਸਰਾਊਂਡਿੰਗ ਵੀ, ਅਤੇ ਜਿਹੜਾ ਹੈਗਾ ਪੂਰੇ ਡਿਸਟ੍ਰਿਕਟ ਜਿਹੜਾ ਹੈਗਾ ਉਹਨੂੰ ਕਵਰ ਕੀਤਾ ਗਿਆ। ਸਾਡੇ ਰੈਗੂਲਰ ਸਿਟੀ ਸੀਲਿੰਗ ਨਾਕਾਬੰਦੀ ਅਤੇ ਜਿਹੜੀ ਡਿਸਟ੍ਰਿਕਟ ਸੀਲਿੰਗ ਨਾਕਾਬੰਦੀ ਆ ਉਹ ਵੀ ਚੱਲਦੀ ਪਈ ਹੈ, ਅਤੇ ਰੈਗੂਲਰ ਸਾਡੀ ਬੱਸ ਸਟੈਂਡਸ ਦੀਆਂ, ਰੇਲਵੇ ਸਟੇਸ਼ਨ ਦੀਆਂ, ਜਿਹੜੇ ਮਾਰਕੀਟਸ ਦੀਆਂ, ਮਾਲਸ ਦੀਆਂ ਰੈਗੂਲਰ ਚੈਕਿੰਗਸ ਜਿਹੜੀਆਂ ਹੈਗੀਆਂ ਉਹ ਵੀ ਚੱਲ ਰਹੀਆਂ। ਅਤੇ ਕਰੀਬ 2000 ਦੇ ਆਸ ਪਾਸ ਜਿਹੜਾ ਹੈਗਾ ਅਸੀਂ ਫੋਰਸ ਜਿਹੜੀ ਡਿਪਲੋਏ ਕੀਤੀ ਹੈ ਇਹਦੇ ਰਿਗਾਰਡਿੰਗ, ਇੰਕਲੂਡਿੰਗ ਲੋਅ ਐਂਡ ਆਰਡਰ ਕੰਪੋਨੈਂਟ ਅਤੇ ਸਾਰਾ ਜਿਹੜਾ ਹੈਗਾ। ਸਾਨੂੰ ਬਾਹਰੋਂ ਵੀ ਕਾਫੀ ਫੋਰਸ ਜਿਹੜੀ ਹੈਗੀ ਹੈੱਡਕੁਆਰਟਰਸ ਤੋਂ ਅਲਾਟ ਕੀਤੀ ਗਈ ਹੈ ਇਹਦੇ ਰਿਗਾਰਡਿੰਗ, ਵੱਖ ਵੱਖ ਡਿਸਟ੍ਰਿਕਟਸ 'ਚੋਂ, ਵੱਖ ਵੱਖ ਬਟੈਲੀਅਨਸ 'ਚੋਂ ਸਾਡੇ ਕੋਲ ਜਿਹੜੀ ਫੋਰਸ ਆਈ ਗਈ ਹੈ। ਅਤੇ ਪਿਛਲੇ ਕਰੀਬ 1 ਹਫ਼ਤੇ ਤੋਂ ਰੈਗੂਲਰ ਅਸੀਂ ਜਿਹੜੀ ਚੈਕਿੰਗ ਅਭਿਆਨ ਜਿਹੜਾ ਹੈਗਾ ਉਹ ਚਲਾਇਆ ਹੋਇਆ ਹੈ। ਅਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੂੰਗਾ ਕਿ ਆਪਣਾ ਪੀਸਫੁਲ ਤਰੀਕੇ ਨਾਲ ਮੈਚ ਦੇਖਣ ਆਉਣ, ਇੰਜੋਏ ਕਰਨ ਮੈਚ ਦੇ ਵਿੱਚ, ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਆਉਣ ਦਿੱਤੀ ਜਾਏਗੀ। ਸਾਡਾ ਪ੍ਰੋਪਰ ਮੈਕਨਿਜ਼ਮ ਸੈੱਟ ਹੈ, ਤੁਹਾਨੂੰ ਜਿਹੜੇ ਬੋਰਡਸ ਹੈਗੇ, ਸਾਈਨ ਬੋਰਡਸ ਵੀ ਮਿਲਣਗੇ ਕਿ ਤੁਸੀਂ ਕਿਹੜੇ ਗੇਟ 'ਤੇ ਜਾਣ ਵਾਸਤੇ ਕਿੱਧਰੋਂ ਜਾਣਾ ਹੈ। ਅਤੇ ਜਿਹੜੇ ਬਿਨਾਂ ਟਿਕਟ ਵਾਲੇ ਹੈਗੇ ਆ, ਕੋਈ ਵੀ ਬੰਦੇ ਹੈਗੇ ਆ, ਉਹ ਸਖਤੀ ਨਾਲ ਅਸੀਂ ਬ੍ਰੀਫਿੰਗ ਕੀਤੀ ਹੋਈ ਹੈ ਕਿ ਨਾਕਿਆਂ 'ਤੇ ਉਹਨੂੰ ਰੋਕ ਲਿਆ ਜਾਏਗਾ, ਉਹ ਬਿਨਾਂ ਟਿਕਟ ਤੋਂ ਕੋਈ ਵੀ ਬੰਦਾ ਜਿਹੜਾ ਹੈ ਉਹ ਐਂਟਰ ਨਹੀਂ ਕੀ ਕਰਨ ਦਿੱਤਾ ਜਾਏਗਾ। ਸਰ, ਰੂਟ ਪਲਾਨ ਕੀ ਕੀਤਾ ਗਿਆ, ਕਿਉਂਕਿ ਬਹੁਤ ਸਾਰੇ ਲੋਕ ਇੱਥੇ ਜਿਹੜੇ ਲੁਕ ਰਹਿਣ ਵਾਲੇ ਨੇ ਉਹਨਾਂ ਦੇ ਲਈ ਜਾਂ ਜਿਹੜੇ ਬਾਹਰੋਂ ਗੱਡੀਆਂ ਆ ਰਹੀਆਂ ਰੂਟ ਪਲਾਨ ਤੇ ਤੁਹਾਨੂੰ ਪ੍ਰੈਸ ਨੋਟ ਦੇ ਮਾਧਿਅਮ ਤੋਂ ਇੱਕ ਵੱਖਰਾ ਜਿਹੜਾ ਰੂਟ ਪਲਾਨ ਹੈਗਾ ਉਹ ਅਸੀਂ ਸ਼ੇਅਰ ਕਰ ਦਾਂਗੇ, ਜਿਹੜਾ ਕੋਈ ਡਾਇਵਰਜਨ ਪਲਾਨ ਜਿਹੜਾ ਹੈਗਾ ਉਹ ਵੀ ਸ਼ੇਅਰ ਕਰ ਦਾਂਗੇ। ਤਾਂ ਬਲਕਿ ਜਿਹੜੇ ਮੈਚ ਨਾਲ ਨਹੀਂ ਸੰਬੰਧ ਰੱਖਦੇ ਨੇ ਅਤੇ ਵੈਸੇ ਰੂਟੀਨ 'ਚ ਆਉਣਾ ਚਾਹੁੰਦੇ ਆ, ਕਿਉਂਕਿ ਕੱਲ੍ਹ ਵੈਸੇ ਚਲੋ ਈਵਨਿੰਗ ਦਾ ਮੈਚ ਹੈ, ਵਰਕਿੰਗ ਡੇ ਵੀ ਹੈ, ਤਾਂ ਇਸ ਜਿਹੜਾ ਮੈਚ ਜਿਹੜਾ ਸਟੇਡੀਅਮ ਦੇ ਆਸ ਪਾਸ ਵਾਲਾ ਏਰੀਆ ਹੈ ਉਹਨੂੰ ਅਵੋਇਡ ਕਰਨ, ਕਿਉਂਕਿ ਥੋੜ੍ਹੀ ਬਹੁਤੀ ਟ੍ਰੈਫਿਕ ਦੀ ਪ੍ਰੋਬਲਮ ਤਾਂ ਉੱਥੇ ਹੁੰਦੀ ਹੈ ਕਿਉਂਕਿ ਰਸ਼ ਕਾਫੀ ਹੋ ਜਾਂਦਾ, ਤਾਂ ਇਸ ਕਰਕੇ ਉਹ ਟ੍ਰੈਫਿਕ ਜਿਹੜਾ ਹੈਗਾ ਅਵੋਇਡ ਕਰਨ। ਬਾਕੀ ਡਿਟੇਲ ਡਾਇਵਰਜਨ ਪਲਾਨ ਜਿਹੜਾ ਹੈਗਾ ਅਸੀਂ ਸੈਪਰੇਟਲੀ ਪ੍ਰੈਸ ਨੋਟ ਰਾਹੀਂ ਰਿਲੀਜ਼ ਕਰਾਂਗੇ। CCTV ਕੈਮਰਾ ਵਗੈਰਾ ਵੀ ਇੰਸਟਾਲ ਕੀਤੇ ਗਏ ਨੇ? CCTV ਕੈਮਰਾ ਸਟੇਡੀਅਮ ਦੇ ਅੰਦਰ ਵੀ, ਬਾਹਰ ਵੀ, ਸਰਾਊਂਡਿੰਗ ਏਰੀਆਜ਼ 'ਚ, ਪਾਰਕਿੰਗ 'ਚ, ਸਾਰੇ ਕਿਤੇ ਐਕਸਟੈਂਸਿਵ ਕਵਰੇਜ ਜਿਹੜੀ ਹੈ CCTV ਕੈਮਰਾਜ਼ ਤੋਂ ਅਸੀਂ ਕਰਾਈ ਹੋਈ ਹੈ। ਸਰ, ਇੱਕ ਪਿਛਲੇ ਕਾਫੀ ਮੈਚਾਂ 'ਚ ਦੇਖਣਾ ਹੁੰਦਾ ਕਿ ਜਿਵੇਂ ਬਲੈਕ ਮਾਰਕੀਟਿੰਗ ਹੁੰਦੀ ਹੈ ਟਿਕਟਸ ਨੂੰ ਲੈ ਕੇ, ਹੁਣ ਵੀ ਉਹਦਾ ਸੇਲ ਸੋਲਡ ਆਊਟ ਦੇ ਲਾਸਟ ਸੀ, ਉਹਨਾਂ ਨੂੰ ਰੋਕਣ ਲਈ ਆਪਣੇ ਕੋਈ ਪ੍ਰਬੰਧ ਕੀਤੇ ਗਏ? ਨਹੀਂ, ਬਿਲਕੁਲ ਜੀ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਇਹ ਬਲੈਕ ਮਾਰਕੀਟਿੰਗ ਜਿਹੜੀ ਟਿਕਟ ਦੀ ਹੈਗੀ ਹੈ, ਇਟ ਇਜ਼ ਐਨ ਓਫੈਂਸ, ਇਟ ਇਜ਼ ਅ ਕ੍ਰਿਮੀਨਲ ਓਫੈਂਸ, ਇਹ 'ਤੇ ਪਰਚਾ ਦਰਜ ਹੁੰਦਾ ਹੈ। ਤਾਂ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਬਲੈਕ ਦੀ ਟਿਕਟ ਹੈ ਉਹ ਨਾ ਖਰੀਦਣ, ਅਤੇ ਜਿਹੜੇ ਬਲੈਕ ਦੀ ਟਿਕਟ ਵੇਚਣ ਵਾਲੇ ਹੈ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਠੀਕ ਹੈ ਸਰ, ਥੈਂਕ ਯੂ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।